ਜੀ ਤੁਸੀਂ ਇਸ ਵਾਰ ਦਿੱਲੀ 에어ਪੋਰਟ ਤੋਂ ਉਤਰ ਕੇ ਇੰਡੋ ਕਨੇਡੀਅਨ ਬੱਸ ਨਹੀਂ ਫੜ ਦਿੱਤੇ ਜਿਹੜੀਆਂ ਨਵੇਂ ਆ ਸਰਕਾਰੀ ਬੱਸਾਂ ਚੱਲੀਆਂ ਨੇ ਉਹ ਫੜਨੀਆਂ ਤਾਂ ਆ ਵੀਡੀਓ ਤੁਹਾਡੇ ਵਾਸਤੇ ਆ ਜੀ ਜਦੋਂ ਆਪਾਂ ਦਿੱਲੀ 에어ਪੋਰਟ ਤੋਂ ਬਾਹਰ ਨਿਕਲਦੇ ਆ ਜੀ ਆ ਬਾਹਰ ਥੰਮਲੇ ਲੱਗੇ ਹੋਏ ਨੇ ਥੰਮਲੇ ਤੇ ਨੰਬਰ ਲੱਗੇ ਹੋਏ ਨੇ ਤੁਸੀਂ ਕੁਝ ਨਹੀਂ ਕਰਨਾ ਨੋ ਨੰਬਰ ਥੰਮਲੇ ਕੋਲ ਆ ਕੇ ਖੜੇ ਹੋ ਜਾਣਾ ਵਾ 9 ਨੰਬਰ ਥੰਮਲੇ ਤੋਂ ਜੀ ਹਰੇਕ 20 ਮਿੰਟ ਬਾਅਦ ਇੱਕ ਫ੍ਰੀ ਸ਼ਟਲ ਬੱਸ ਚੱਲਦੀ ਆ ਜਿਹੜੀ ਕਿ ਇੱਥੇ ਸਰਕਾਰੀ ਬੱਸਾਂ ਪੰਜਾਬ ਨੂੰ ਚੱਲਦੀਆਂ ਨੇ ਇਹਨੇ ਤੁਹਾਨੂੰ ਉੱਥੇ ਡ੍ਰੌਪ ਕਰਿਆ ਹਣਾ ਬੱਸ ਆਈ ਜੀ ਬੱਸ 5 ਕਿ ਮਿੰਟ ਰੁਕੀ ਤੇ ਹੁਣ ਤੁਰਤੀ ਆ ਬੱਸ ਅਸੀਂ ਪੱਕੇ ਚੱਲ ਰਹੀ ਸੀ ਉਹਦੇ ਕੈਫੇ ਵੀ ਸੀ ਆਪਾਂ ਪਾਣੀ ਲਿਆ ਮੋਬਾਈਲ ਚਾਰਜਿੰਗ ਸਟੇਸ਼ਨ ਵੀ ਸੀਗਾ ਤੇ ਵਾਸ਼ਰੂਮ ਦੀ ਫੈਸਿਲਿਟੀਆਂ ਵੀ ਅਵੇਲੇਬਲ ਸੀਗੀਆਂ ਲੋ ਜੀ ਆ ਗਈ ਆਪਣੀ ਪੀਆਰਟੀਸੀ ਦੀ ਬੱਸ ਅਟੈਚਡ ਟੋਚੀ ਰੱਖਦੇ ਆ ਸਭ ਤੋਂ ਪਹਿਲਾਂ ਇੰਟੀਰੀਅਰ ਦੀ ਗੱਲ ਕਰੀਏ ਜੀ ਸੀਟਾਂ ਕੰਫਰਟੇਬਲ ਸੀਗੀਆਂ ਇੰਟੀਰੀਅਰ ਬਹੁਤ ਡੀਸੈਂਟ ਸੀਗਾ ਸਟਾਫ ਵੀ ਬਹੁਤ ਵਧੀਆ ਸੀ ਫ੍ਰੈਂਡਲੀ ਸੀਗਾ ਬੱਸ ਬੱਸ ਤੇ ਛੱਤ ਤੇ ਸਿਰ ਲੱਗਦਾ ਸੀ ਕੈਮਰੇ ਲੱਗੇ ਹੋਏ ਸੀ ਟਿਕਟਾਂ ਬਹੁਤ ਹੀ ਸਸਤੀ ਸੀ ਜੀ ਰਾਜਪੁਰੇ ਦੀ 765 ਰੁਪਏ ਦੀ ਸੀਗੀ ਮੈਂ ਲੁਧਿਆਣੇ ਉੱਤਨਾ ਸੀ ਦਿੱਲੀ ਤੋਂ 990 ਰੁਪਏ ਦੀ ਸੀ ਜਿਹੜੀ ਕਿ